चुप। वीर जी नूं 2 साल पहला नौकरी लगी ETO, ना कोई सिफारिश ना कोई रिश्वत, ते एंट्रेंस टेस्ट क्लियर करदिया ही अपार्टमेंट लैटर करे। ते मां मेरी एक निक्की जी हट्टी चलाउंदी सी पिंड, ते वीरे नूं कहिंदी कौन दो नौकरी तैनूं, जाके हट्टी ते बह जा। ते अज मानसे च ETO आ मेरा वीर। तुसीं अपने डैडी नूं पुछो, लालटेन विच पढ़ाई करदे सी, 10वीं दे एग्जाम भुल गए तुसीं, 8-8 घंटे बिजली नहीं सी आउंदी। ਮੇਰੇ ਘਰ ਜਨਰੇਟਰ ਚਲਾ ਕੇ ਤੁਸੀਂ ਸਾਰੇ ਫਰੈਂਡਸ ਪੜਨ ਆਉਂਦੇ ਸੀ ਕਿ ਨਹੀਂ? ਹੁਣ ਚੱਲਦਾ ਹੈ ਜਨਰੇਟਰ, ਲੱਗਿਆ ਕੋਈ ਕੱਟ? ਗੱਲ ਤਾਂ ਠੀਕ ਹੈ, ਇਹ ਮਾਲਸ ਇੰਸਟੀਟਿਊਟਸ ਹੁਣੇ ਆਏ ਨੇ ਸਾਰੇ। ਮੈਂ ਤਾਂ ਇੰਨਾ ਜਾਣਦਾ ਕਿ ਦਾਰਜੀ ਦੇ ਟਿਊਬਵੈਲ ਤੋਂ ਪਾਣੀ ਦੀ ਤਾਰ ਚੱਲਦੀ ਰਹਿੰਦੀ ਹੈ। ਪਹਿਲਾਂ ਤਾਂ 3-4 ਘੰਟੇ ਮਸਾਂ ਚੱਲਦਾ ਸੀ ਪੰਪ, ਤੇ ਨਾਲੇ ਬਿਜਲੀ ਦਾ ਵੀ ਕੋਈ ਬਿੱਲ ਨਹੀਂ। ਹੁਣ ਗੱਲ ਤਾਂ ਠੀਕ ਹੈ। ਓਏ ਇਕਨੋਮਿਕਸ ਪੜਨ ਵਾਲਿਆ, ਪਹਿਲਾਂ ਇਹ ਦੱਸ, ਪੰਜਾਬ ਦਾ ਵੈਟ ਰੈਵਨਿਊ 5,000 ਕਰੋੜ ਤੋਂ ਵੱਧ ਕੇ 9 ਸਾਲਾਂ ਵਿੱਚ 17,000 ਕਰੋੜ ਹੋਇਆ ਕਿ ਨਹੀਂ? ਸਰਕਾਰ ਦੀ ਕੁੱਲ ਇਨਕਮ 9,000 ਕਰੋੜ ਤੋਂ ਵੱਧ ਕੇ 29,000 ਕਰੋੜ ਹੋਈ ਕਿ ਨਹੀਂ? ਆ ਮਾੜੇ ਹਾਲ ਨੇ। ਕਰਜਾਈ, ਪੜ੍ਹਾਈ ਕਰਨ ਲਈ ਸਟੱਡੀ ਲੋਨ ਲਿੱਤਾ ਕਿ ਨਹੀਂ ਤੂੰ? ਨਵੇਂ ਫਲੈਟ ਨੂੰ ਮੁੱਲ ਲਿੱਤਾ ਤੇਰੇ ਡੈਡੀ ਨੇ। 15 ਸਾਲ ਤੇ ਹੋਮ ਲੋਨ ਤੇ, ਤਰੱਕੀ ਲਈ ਲੋਨ ਲੈਣਾ, ਅੱਗੇ ਵਧਣ ਲਈ ਲੋਨ ਲੈਣਾ ਮਾੜਾ? ਸੈਂਡੀ, ਐਵੇਂ ਨਾ ਸੋਸ਼ਲ ਮੀਡੀਆ ਤੇ ਕੋਡ ਪ੍ਰਚਾਰ ਦੇ ਚੱਕਰਾਂ ਵਿੱਚ ਆਪਣੇ ਆਪ ਨੂੰ ਬੁਰਾ ਆਖੀ ਜਾ। ਅੱਖਾਂ ਖੋਲ ਅੱਖਾਂ, ਅਸੀਂ ਪੰਜਾਬੀ ਆ ਤੇ ਸਾਨੂੰ ਮਾਣ ਹੈ ਪੰਜਾਬ ਤੇ। 9 ਸਾਲਾਂ ਵਿੱਚ ਬਦਲ ਗਈ ਹੈ ਪੰਜਾਬ ਦੀ ਨੁਹਾਰ, ਨਾਲੇ ਪੰਜਾਬੀਆਂ ਦੀ ਤੇ ਸ਼ਾਨ ਹੀ ਵੱਖਰੀ। ਤੁਸੀਂ ਠੀਕ ਕਹਿ ਰਹੇ ਹੋ, ਸੋਸ਼ਲ ਨੈਟਵਰਕਿੰਗ ਸਾਈਟ ਤੇ ਹੋ ਰਹੇ ਪੰਜਾਬ ਦੇ ਖਿਲਾਫ ਪ੍ਰਚਾਰ ਨੇ ਮੈਨੂੰ ਵੀ ਲੋਕਾਂ ਵਾਂਗੂ ਗੁੰਮਰਾਹ ਕਰ ਦਿੱਤਾ ਸੀ। ਬਟ ਯੂ ਆਰ ਰਾਈਟ, ਪਿਛਲੇ 9 ਸਾਲਾਂ ਵਿੱਚ ਸਾਡੇ ਪੰਜਾਬ ਨੇ ਵਾਕਈ ਤਰੱਕੀ ਕੀਤੀ ਹੈ। 9 ਸਾਲਾਂ ਵਿੱਚ ਬਦਲ ਗਈ ਹੈ ਨੁਹਾਰ ਪੰਜਾਬ ਦੀ।